ਸਾਡਾ ਅਕੀਦਾ ਹੈ ਖੁਦਾ ਨਾ ਖਾਸਤਾ ਅਗਰ ਉਮਰ ਫਾਰੂਕ ਸੈਯਦਨਾ ਅਬੂ ਬਕਰ ਸਿੱਦੀਕ ਸੈਯਦਨਾ ਉਸਮਾਨ ਗਨੀ ਬੁਲੁਰੈਨ ਇਹ ਨਬੀ ਦੇ ਸਹਾਬਾ ਨਾ ਹੁੰਦੇ ਅਸਾਂ ਸਿੱਦੀਕ ਨੂੰ ਕਦੋਂ ਮਰਨਾ ਸੀ ਅਗਰ ਖੁਦਾ ਨਾ ਖਾਸਤਾ ਸੈਯਦਾ ਤੈਯਬਾ ਤਾਹਿਰਾ ਫਾਤਿਮਾ ਤਜ਼ਹਰਾ ਨਬੀ ਦੀ ਧੀ ਨਾ ਹੁੰਦੀ ਅਸਾਂ ਜੰਨਤ ਦੀ ਮਲਕਾ ਨਹੀਂ ਸੀ ਆਖਣਾ ਅਸਾਂ ਮਖਦੂਮਾ ਕਾਇਨਾਤ ਨਹੀਂ ਸੀ ਮੰਨਣਾ ਓਏ ਅਬੂ ਬਕਰ ਦਾ ਵੀ ਇਹਤਰਾਮ ਉਸ ਵਾਸਤੇ ਵੇ ਨਬੀ ਦਾ ਸਹਾਬੀ ਏ ਸੈਯਦਾ ਜ਼ਹਰਾ ਨੂੰ ਵੀ ਸਲਾਮ ਇਸ ਵਾਸਤੇ ਵੇ ਨਬੀ ਦੀ ਧੀ ਏ ਇਹ ਅਕੀਦਾ ਆਲੇ ਸੁਨਤ ਸਹਾਬਾ ਵੀ ਹਜ਼ੂਰ ਦੀ ਵਜ੍ਹਾ ਤੋਂ ਅਹਲੇ ਬੈਤ ਵੀ ਹਜ਼ੂਰ ਦੀ ਵਜ੍ਹਾ ਤੋਂ ਇਹ ਨਿਸਬਤ ਮੁਸਤਫਾ ਦਾ ਕਮਾਲ ਹੈ ਜਿਹਨੇ ਸਾਨੂੰ ਸੁਨੀਆਂ ਨੂੰ ਬਚਾ ਕੇ ਰੱਖਿਆ ਹੈ ਔਰ ਫਿਰ ਯਾਦ ਰੱਖੋ ਰੱਬੇ ਕਾਬਾ ਦੀ ਕਸਮ ਹੈ ਮੈਂ ਹਦੀਸੇ ਪਾਕ ਦੀ ਐ ਸੁੱਚੀ ਕਿਤਾਬ ਸਿਰ ਤੇ ਰੱਖ ਕੇ ਆਖਣਾ ਵਾਂ ਕਸਮ ਕਾਲਿਆਂ ਨੀਲਿਆਂ ਪੀਲਿਆਂ ਨਸਦੀਆਂ ਖਾਰਜੀਆਂ ਰਫਦੀਆਂ ਨਬੀ ਦੇ ਸਹਾਬਾ ਨਬੀ ਦੀ ਆਲ ਦੇ ਮੁਹਿੱਬ ਨਬੀ ਦੀ ਅਹਲੇ ਬੈਤ ਨਬੀ ਦੀ ਸਹਾਬਾ ਨਾਲ ਪਿਆਰ ਕਰਨ ਵਾਲੇ ਇਹ ਕਮੀਨੇ ਨੇ ਬਕ ਬਕ ਕਰ ਦੇਣਾ ਮੈਂ ਕਿਸੇ ਮੁੱਲਾ ਮੁਲਵਾਣੇ ਦੀ ਕਿਵੇਂ ਮੰਨਣਾ ਮੈਂ ਤੇ ਕੁਰਾਨ ਦੀ ਮੰਨਣ ਵਾਲਾ ਬੋਲੋ ਸੁਭਾਨ ਅੱਲਾ ਕੁਰਾਨ ਪਿਆਵਾ ਦੇ ਐਲਾਨ ਫਰਮਾਉਂਦਾ ਹੈ ਮੁਹੰਮਦ ਸੁਭਾਨ ਅੱਲਾ ਬੋਲ ਮੁਹੰਮਦ ਅੱਲਾ ਦੇ ਰਸੂਲ ਵੱਲਦੀਨ ਆਪਸ ਵਿੱਚ ਰਹਿਮ ਦਿਲ ਨੇ ਆਪਸ ਵਿੱਚ ਪਿਆਰ ਮੁਹੱਬਤ ਕਰਨ ਵਾਲੇ ਕੋਈ ਬੁਗਦ ਨਹੀਂ ਕੋਈ ਕੀਨਾ ਨਹੀਂ ਕੋਈ ਹਸਦ ਨਹੀਂ ਮੇਰੇ ਇਮਾਮ ਆਲਾ ਹਜ਼ਰਤ ਫਾਜ਼ਲ ਬਰੇਲਵੀ ਰਹਿਮਤੁੱਲਾਹ ਤਾਲਾ ਅਲੈਹ ਭਾਜਪਾ ਲੜਾਈਆਂ ਨੂੰ ਪੈਂਦੇ ਲੜਾਈਆਂ 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 ਤੂੰ ਮਾਮਾ ਲੱਗਣਾ ਬੰਦ ਕਰ ਆਪਣੀ ਬਕਵਾਸ ਆਲਾ ਹਜ਼ਰਤ ਫਾਜ਼ਲ ਬਰੇਲਵੀ ਮੇਰਾ ਇਮਾਮ ਜਿਹਨੇ ਮੇਰਾ ਅਕੀਦਾ ਬਚਾਇਆ ਹੈ ਜਿਹਨੇ ਮੇਰਾ ਇਮਾਨ ਬਚਾਇਆ ਹੈ ਜਿਹੜਾ ਮੇਰਾ ਤਰਜਮਾਨ ਹੈ ਕੋਈ ਪਿੰਡੀ ਦਾ ਰਿਆਜੂ ਸ਼ਾਹ ਫਾਨੇ ਸ਼ਾਹ ਇਹ ਬੇਈਮਾਨ ਮੁੱਲਾ ਇਹ ਦੋ
ਉਹ ਨੰਬਰੇ ਸ਼ਾਹ ਗੁੱਜਰ ਸ਼ਾਹ ਰਿਆਜ਼ ਗੁੱਜਰ ਸ਼ਾਹ ਮੈਂ ਵੀ ਪਿਆਂਦਾ ਆਪਣੇ ਆਉਂਦੇ ਨੇ ਇਹ ਮੇਰਾ ਤਰਜਮਾਨ ਨਹੀਂ ਇਹਦੀ ਤਹਕੀਕ ਮੇਰੇ ਆਲਾ ਹਜ਼ਰਤ ਦੀ ਤਹਕੀਕ ਨਾਲ ਟਕਰਾਵੇ ਇੱਕ ਰਿਆਜ਼ ਸ਼ਾਹ ਨਹੀਂ ਲੱਖਾਂ ਰਿਆਜ਼ ਸ਼ਾਹ ਮੈਂ ਆਲਾ ਹਜ਼ਰਤ ਦੀ ਤਹਕੀਕ ਤੋਂ ਕੁਰਬਾਨ ਕਰਕੇ ਗਟਰ 'ਚ ਸੱਠ ਦਿਆਂ ਬਲਕਿ ਗਟਰ 'ਚ ਵੀ ਨਾ ਸੱਠਾਂ ਮੇਰੇ ਗਟਰ ਦਾ ਗੰਦ ਕਿਵੇਂ ਦਿਆਂ ਗੰਦਿਆਂ ਨਾਲੋਂ ਚੰਗਾ ਏ ਯਾਰ ਵਿੱਚ ਨਬੀ ਦੇ ਸਾਹਬ ਨੂੰ ਫਾਂਕਣ ਵਾਲਾ ਅੰਮੀ ਆਇਸ਼ਾ ਸਿੱਦੀਕਾ ਨੂੰ ਫਾਂਕਣ ਵਾਲਾ ਤਲਹਾ ਜ਼ੁਬੈਰ ਨੂੰ ਫਾਂਕਣ ਵਾਲਾ ਹਜ਼ਰਤ ਅਮੀਰ ਮੁਆਵਿਯਾ ਰਜ਼ੀ ਅੱਲਾਹੁ ਤਾਲਾ ਅਨਹੁ ਨੂੰ ਫਾਂਕਣ ਵਾਲਾ ਕਦੀ ਵੀ ਸੁੰਨੀ ਨਹੀਂ ਹੋ ਸਕਦਾ ਇਹ ਬਦਬਖਤ ਇਹ ਨਸੀਬਾ ਸੜਿਆ ਏ ਸੁੰਨੀ ਹੋਵੇ ਜਿਹੜਾ ਮੁਸ਼ਾਜਰਾਤ ਵਿੱਚ ਫਖ ਨਹੀਂ ਕਰਦਾ ਹੱਕ ਨਹੀਂ ਮਾਰਦਾ ਸਹਾਬਾ ਮੈਂ ਪੜਨਾ ਆਵਾਮ ਕੇ ਲੀਏ ਹਰਾਮ ਹੈ ਹਰਾਮ ਹੈ ਹਰਾਮ ਹੈ ਬਾਬਾ ਕੀ ਕਰਨਾ ਹੈ ਫਰਮਾਇਆ ਤੇਰਾ ਕੰਮ ਸਿਰਫ ਇੰਨਾ ਹੈ ਤੂੰ ਨਬੀ ਦੀ ਵਜ੍ਹਾ ਤੋਂ ਨਬੀ ਦੇ ਸਾਰੇ ਸਹਾਬਾ ਦੀ ਅਜ਼ਮਤ ਨੂੰ ਵੀ ਸਲਾਮ ਪੇਸ਼ ਕਰ ਨਬੀ ਦੀ ਵਜ੍ਹਾ ਤੋਂ ਨਬੀ ਦੀ ਆਲ ਦੇ ਬੱਚੇ ਬੱਚੇ ਦਾ ਇਹਤਰਾਮ ਕਰ ਮੌਜੂ ਸਮਝ ਆਉਂਦਾ ਪਏ ਟਾਈਟਲ ਤੁਸੀਂ ਵੇਖੋ ਨਾ ਆਪਣੇ ਇਸ਼ਤਿਹਾਰ ਦਾ ਸ਼ਾਨ ਸਾਹਬਾ ਵਾਲੇ ਬੈਤ ਕਿੱਡਾ ਸੋਹਣਾ ਟਾਈਟਲ ਇਹ ਸੁਣੀਆਂ ਵਾਲਾ ਟਾਈਟਲ ਅਸੀਂ ਨਬੀ ਪਾਕ ਦੇ ਸਾਹਬਾ ਦੇ ਨੌਕਰ ਹਾਂ ਅਸਾਂ ਹਜ਼ੂਰ ਦੀ ਆਲ ਦੇ ਬੱਚੇ ਬੱਚੇ ਦੇ ਨੌਕਰ ਹਾਂ ਕਮੀਨਾ ਹੈ ਬਦਬਖਤ ਹੈ ਬਲਕਿ ਮੈਂ ਬੇਈਮਾਨ ਆਖਣਾ ਜਿਹਦੇ ਦਿਲ 'ਚ ਬੁਗਜ਼ੇ ਵਾਲੇ ਬੈਤ ਮੁਹੱਬਤ ਵਾਲੇ ਬੈਤ ਐਵੇਂ ਨਹੀਂ ਮਾਣੇ ਕੋਈ ਸਮਝ ਆਈ ਤੁਹਾਨੂੰ ਮੁਹੱਬਤ ਵਾਲੇ ਬੈਤ ਐਵੇਂ ਨਹੀਂ ਮਾਣੇ ਅਗਰ ਮੁਹੱਬਤ ਵਾਲੇ ਬੈਤ ਨਹੀਂ ਬੁਗਜ਼ੇ ਬਈ ਮਾਣੇ ਲੇਕਿਨ ਅਸੀਂ ਇੱਥੇ ਗੱਡੀ ਰੋਕਦੇ ਨਹੀਂ ਨਾ ਅਸੀਂ ਆਨੇ ਆ ਜਿਸ ਤਰ੍ਹਾਂ ਮੁਹੱਬਤ ਵਾਲੇ ਬੈਤ ਐਵੇਂ ਹੀ ਮਾਣੇ ਇਸੇ ਤਰ੍ਹਾਂ ਮੁਹੱਬਤ ਸਾਹਬਾ ਵੀ ਐਨੇ ਈਮਾਨ ਹੈ ਹੈ ਕਾਰੀ ਸਾਹਿਬ ਇਸ਼ਾਰਾ ਪਿਆ ਕਰਦੇ ਨੇ ਡਾਕਟਰ ਸਾਹਿਬ ਫਰਮਾਉਂਦੇ ਹੁੰਦੇ ਨੇ ਡਾਕਟਰ ਮੁਫਤੀ ਮੁਹੰਮਦ ਅਸ਼ਰਫ ਆਸਿਫ ਜਲਾਲੀ ਸਾਹਿਬ ਉਹ ਫਰਮਾਉਂਦੇ ਨੇ ਦਾਤਾ ਸਾਹਿਬ ਦਾ ਬੋਰਡ ਲਾ ਕੇ ਸਵਾਰੀਆਂ ਕਾਮੇ ਸ਼ਾਹ ਲਾਈ ਆਉਂਦੇ ਹੋ ਤੇ ਮੈਂ ਅਗਲੀ ਗੱਲ ਕਰਨਾ ਉਹ ਮੈਂ ਕਿਹਾ ਬੋਰਡ ਮਦੀਨਾ ਸ਼ਰੀਫ ਦਾ ਲਾਇਆ ਹੈ ਬੋਰਡ ਮਦੀਨਾ ਸ਼ਰੀਫ ਦਾ ਲਾਇਆ ਹੈ ਆ ਜੀ ਮਦੀਨੇ ਚਲੇ ਆਓ ਮਦੀਨੇ ਚਲੇ ਆਓ ਮਦੀਨੇ ਬੋਰਡ ਮਦੀਨਾ ਸ਼ਰੀਫ ਦਾ ਲਾ ਕੇ ਸਵਾਰੀਆਂ ਵਿੱਚ ਬਿਠਾ ਕੇ ਉਹ ਰੰਗੀਲੇ ਸ਼ਾਹ ਬਰਫਾਨੀ ਵਿੱਚ ਉਹ ਬਰਫਾਨੀ ਵਿੱਚ ਸਫੇਦ ਰੀਸ਼ ਉਹ ਹੈਜ਼ਰਤ ਹੈਜ਼ਰਤ ਇੱਕ ਹੁੰਦਾ ਨਾ ਹਜ਼ਰਤ ਇਹ ਹੈਜ਼ਰਤ ਉਹ ਗੋਬਰ ਫਿਸ਼ਾਨੀ ਨਾ ਕਰ ਮਦੀਨੇ ਪਾਕ ਦਾ ਬੋਰਡ ਲਾ ਕੇ ਸਵਾਰੀਆਂ ਇਰਾਨ ਨਾ ਲਾ
رب کا انتخاب آیا رب دا انتخاب آیا تسا کہنا ہونا کہ عمر بن خطاب آیا کبو گے رب دا انتخاب آیا رب دا انتخاب آیا عمر بن خطاب آیا رب دا انتخاب آیا عمر بن خطاب آیا منگیاں سن دعاواں جو نبی منگیاں سن دعاواں جو نبی انہاں دا جواب آیا اپنا ذاتی مسئلہ نہیں کوئی پیر مولوی ہے کوئی خطیب ہے نقیب ہے ذاتی مسئلہ نہیں پٹڑی تے لے سنیاں والی پٹڑی تے رہ تینو سلام ہے اس پٹڑی تو لتھا پاویں پیر ہے پاویں نات خون ہے پاویں نقیب ہے لٹریشن ضرور ہوئی تینوں پیر پیارا مینوں عقیدہ پیارا ہے کی کراں میں مینوں بابا کرما والا شریف جس دا او سچا سنی سید دے پیر ہاں میں اس عقیدے تو نہیں ہٹن دینا جڑا عقیدہ بابا جی کرما والے سرکار بابا جی سید محمد اسماعیل شاہ صاحب دا رب دا انتخاب آیا نہیں پڑھ دے رب دا انتخاب آیا عمر بن خطاب آیا رب دا انتخاب آیا منگیاں جو دعا نبی اللہم اعز الاسلام عمر بن الخطاب یا اللہ اسلام عزت دے عمر بن خطاب دے ذریعے بول سبحان اللہ میرا نبی دعا منگیے یا اللہ جڑا دونوں وچ پسندی پیار آئی محبوب ہے تینوں چنگا لگدا ہے غلامی مصطفیٰ دے دے عمر بن خطاب ابو جہل اللہ دے حبیب نے اللہ دی بارگاہ دعا منگی راتی دعا منگی دن عمر آ گئے حضور دی دعا پہ دستی عمر دا آنا پہ دستا ہے عمر اللہ نو بھی پسند دے نبی نو بھی پسند دے
ਤੇ ਜਿਹੜਾ ਨਬੀ ਨੂੰ ਵੀ ਪਸੰਦ ਏ, ਰੱਬ ਨੂੰ ਵੀ ਪਸੰਦ ਏ, ਲਾਣਤੀ ਨੂੰ ਨਹੀਂ ਪਸੰਦ ਤੇ ਮੈਂ ਕੀ ਕਰਾਂ? ਮੈਨੂੰ ਤੇ ਹਰ ਉਹ ਬੰਦਾ ਵੀ ਪਸੰਦ ਏ, ਹਰ ਉਹ ਸ਼ੈ ਵੀ ਪਸੰਦ ਏ ਜਿਹੜੀ ਰੱਬ ਰਸੂਲ ਨੂੰ ਪਸੰਦ ਏ ਤੇ ਜਿਹਨੂੰ ਰੱਬ ਰਸੂਲ ਪਸੰਦ ਏ। ਦੁਆ ਮੰਗੀ ਉਮਰ ਦੇ ਦੇ, ਉਮਰ ਨਾਲ ਇਸਲਾਮ ਦੀ ਇੱਜ਼ਤ ਹੋਵੇ। ਹਜ਼ਰਤ ਅਬਦੁੱਲਾਹ ਇਬਨ ਮਸੂਦ ਰਜ਼ੀ ਅੱਲਾਹੁ ਤਾਲਾ ਸਹੀ ਬੁਖਾਰੀ ਆ, ਸਹੀ ਬੁਖਾਰੀ ਸੱਚੀ ਰਿਵਾਇਤ ਤੇ ਪੇਸ਼ ਕਰਨਾ ਵਾ। ਹਜ਼ਰਤ ਅਬਦੁੱਲਾਹ ਇਬਨ ਮਸੂਦ ਫਰਮਾਉਂਦੇ ਨੇ, ਜਿਸ ਦਿਨ ਤੋਂ ਉਮਰ ਕਲਮਾ ਪੜ੍ਹ ਕੇ ਹਜ਼ੂਰ ਦੀ ਗੁਲਾਮੀ ਜਾਏ ਨੇ, ਇਸਲਾਮ ਦੀ ਇੱਜ਼ਤ ਵਧੀ ਏ ਘਟੀ ਨਹੀਂ। ਇਸਲਾਮ ਦਾ ਗਲਬਾ ਰਿਹਾ ਏ, ਇਸਲਾਮ ਦੀ ਪਾਵਰ ਰਹੀ ਏ। ਮੈਂ ਕਿਉਂ ਨਾ ਆਖਾਂ ਮੰਗੀਆਂ ਜੋ ਦੁਆਵਾਂ ਨਬੀ ਉਹਨਾਂ ਦਾ ਜਵਾਬ ਆਇਆ, ਉਹਨਾਂ ਦਾ ਜਵਾਬ ਆਇਆ, ਉਹਨਾਂ ਦਾ ਜਵਾਬ ਆਇਆ। ਉਮਰ ਦੇ ਇੰਤਖਾਬ ਆਇਆ, ਰੱਬ ਦਾ ਇੰਤਖਾਬ ਆਇਆ, ਉਮਰ ਦੇ ਖਤਾਬ ਆਇਆ, ਰੱਬ ਦਾ ਇੰਤਖਾਬ ਆਇਆ, ਉਮਰ ਦੇ ਖਤਾਬ ਆਇਆ। ਜੰਨਤੀ ਮੇਰੇ ਆਪਾਂ ਨੇ ਫਰਮਾਇਆ ਇਨੱਲਾਹ ਅਖਤਾਰਾ ਅਸਹਾਬੀ, ਅੱਲਾ ਨੇ ਮੇਰੇ ਸਾਰੇ ਸਾਹਾਬਾਂ ਨੂੰ ਚੁਣਿਆ ਏ, ਸ਼ਾਨ ਦਿੱਤੀ ਏ, ਮਕਾਮ ਦਿੱਤਾ ਏ, ਮਰਤਬਾ ਬੁਲੰਦ ਕੀਤਾ ਏ। ਅੱਲਾ ਜਮੀ ਆਲਮੀ ਬੋਲੋ ਯਾਰ ਸੁਭਾਨ ਅੱਲਾ। ਹਲੇ ਤੇ ਮੈਂ ਆਲੇ ਬੈਦ ਦੀ ਸ਼ਾਨ ਬਿਆਨ ਕਰਨੀ ਹੈ, ਅਸੀਂ ਗੱਡੀ ਪਟੜੀ ਤੋਂ ਨਹੀਂ ਨਾ ਲੈਣ ਦੇਣੀ, ਸੁਨੀਆਂ ਵਾਲੀ ਪਟੜੀ ਤੇ ਰਹਿ ਕੇ ਕਰਨੀ, ਸੁਨੀ ਬਣ ਕੇ ਕਰਨੀ। ਮੇਰੇ ਆਕਾ ਫਰਮਾਇਆ ਅੱਲਾ ਨੇ ਜਮੀਅਲ ਆਲਮੀਨ, ਦੱਸੋ ਜੀ ਕੀ ਤਰਜਮਾ ਜਮੀਅਲ ਆਲਮੀਨ ਦਾ? ਸਾਰੇ ਆਲਮੀਨ ਵਿੱਚੋਂ
ਜਿਨ੍ਹਾਂ ਦੀ ਸਭ ਤੋਂ ਸ਼ਾਨ ਬੁਲੰਦ ਕੀਤੀ ਮੇਰੇ ਸਹਾਬਾ ਨੇ ਸਿਵਨ ਨਬੀ ਵਲ ਮੁਰਸਲੀ ਸ਼ਾਨ ਬੜੀ ਏ ਪਰ ਨਬੀਆਂ ਤੋਂ ਥੱਲੇ ਓ ਕੋ ਬੋਲੋ ਸੁਭਾਨ ਅੱਲਾ ਸ਼ਾਨ ਬੜੀ ਏ ਰਸੂਲਾਂ ਤੋਂ ਥੱਲੇ ਨਬੀ ਰਸੂਲ ਆਲਾ ਏ ਮੇਰੇ ਅਕੀਦੇ ਵਿੱਚ ਮੇਰੇ ਮਸਲਕ ਵਿੱਚ ਜਿਹੜਾ ਮੌਲਾ ਅਲੀ ਨੂੰ ਨਬੀਆਂ ਦੇ ਬਰਾਬਰ ਆਖੇ ਕਾਫਿਰ ਤੇ ਜਿਹੜਾ ਨਬੀ ਤੋਂ ਅਫਜ਼ਲ ਆਖੇ ਵੱਡਾ ਕਾਫਿਰ ਵੱਡਾ ਕਾਫਿਰ ਤੇ ਕਾਫਿਰਾਂ ਲਾਂਟੀਆਂ ਨਾਲ ਜਾ ਕੇ ਜਿਹੜਾ ਜੱਫੇ ਪਾਏ ਉਹ ਵੀ ਲਾਂਟੀ ਏ ਉਮੀਓ ਸਭ ਫਰਮਾਉਂਦੇ ਨੇ ਬੇਹਯਾਈ ਦੇ ਹਲੇ ਵੇ ਨਾਲੋ ਇਹ ਸਾਗ ਸਗੋਦਾ ਚੰਗਾ ਮੇਰੇ ਆਕਾ ਜੀ ਦੋ ਹਦੀਸ ਪਾਕ ਮੌਜੂਦ ਹੈ ਫਰਮਾਇਆ ਇੱਕ ਵੇਲਾ ਆਵੇਗਾ ਇੱਕ ਕੌਮ ਆਏਗੀ ਜਿਹੜੀ ਮੇਰੇ ਸਹਾਬਾ ਨੂੰ ਸਦੇ ਸ਼ਤਮ ਕਰੇਗੀ ਗਾਲੀਆਂ ਬਕੇਗੀ ਸੋਹਣਾ ਕੀ ਹੁਕਮ ਹੈ ਫਰਮਾਇਆ ਉਹਨਾਂ ਨਾਲ ਬਹਿ ਕੇ ਖਾਣਾ ਪੀਣਾ ਨਹੀਂ ਸਲਾਮ ਕਰਨ ਤੇ ਜਵਾਬ ਨਹੀਂ ਦੇਣਾ ਬਿਮਾਰ ਹੋ ਜਾਣ ਤੇ ਬਿਮਾਰਦਾਰੀ ਨਹੀਂ ਕਰਨੀ ਮਰ ਜਾਣ ਤੇ ਜਨਾਜ਼ਾ ਨਹੀਂ ਪੜਨਾ ਨਾ ਉਹਨਾਂ ਦੇ ਨਾਲ ਖਲੋ ਕੇ ਨਮਾਜ਼ ਪੜ੍ਹਨੀ ਹੈ ਬਲਕਿ ਫਰਮਾਇਆ ਜਿਹੜਾ ਮੇਰੇ ਸਾਹਬਾ ਨੂੰ ਖੌਕੇ ਮਨ ਸਫਾ ਅਸਹਾਬੀ ਬੱਲਾਸੀ ਅਜਮਾਈ ਲਾਂਟੀਆਂ ਨਾਲ ਜੱਫੇ ਤੈਨੂੰ ਮੁਬਾਰਕ ਮੁਸਤਫਾ ਦੇ ਗੁਲਾਮਾਂ ਨਾਲ ਮੁਹੱਬਤ ਸਾਨੂੰ ਮੁਬਾਰਕ ਓਏ ਮੈਂ ਕਿਵੇਂ ਉਹਨਾਂ ਨਾਲ ਸਲਾਮ ਲਵਾਂ ਓ ਸੂਫੀ ਜਿਹੜੇ ਬੋਲੀ ਦੁਸ਼ਮਣਾਂ ਦੀ ਬੋਲਣ ਨਾ ਮੈਂ ਤੇ ਏਡਾ ਬੇਗੈਰਤ ਨਹੀਂ ਮਰਨਾ ਮੈਂ ਮੇਰੀ ਕਬਰ ਚ ਕਿਸੇ ਦੋ ਨੰਬਰੇ ਪੀਰ ਮੌਲਵੀ ਨਹੀਂ ਆਉਣਾ ਮੇਰੇ ਕਬਰ ਚ ਉਮਰ ਦੇ ਪੀਰ ਮੁਹੰਮਦ ਮੁਸਤਫਾ ਆਉਣਾ ਮੈਨੂੰ ਕੀ ਲੋੜ ਹੈ ਇਹਨਾਂ ਨਾਲ ਸਲਾਮ ਅਲੈਕਮ ਬਣਾਉਣ ਦੀ ਦੁਨਿਆਵੀ ਮਨਫਿਅਤ ਦੀ ਖਾਤਰ ਹੈ ਮਰ ਜਾਣਾ
ਤੁਸੀਂ ਵੀ ਮੈਂ ਵੀ ਧਿਆਨ ਕਰੋ ਮਰਨ ਤੋਂ ਬਾਅਦ ਕੀ ਬਣੇਗਾ ਇੱਥੇ ਫਿਕਰ ਪਈ ਹੈ ਖਾਵਾਂਗੇ ਕਿਵੇਂ ਪੀਵਾਂਗੇ ਕਿਵੇਂ ਇਹ ਦਾਣੇ ਕਿੱਥੋਂ ਆਉਣਗੇ ਕਣਕ ਕਿੱਥੋਂ ਆਵੇਗੀ ਆਟਾ ਕਿੱਥੋਂ ਆਵੇਗਾ ਚੌਲ ਕਿੱਥੋਂ ਆਏਗੀ ਮੈਂ ਕਿਹਾ ਸਾਰਾ ਕੁਝ ਆ ਜਾਏਗਾ ਤੂੰ ਇੱਕ ਵਾਰੀ ਰੱਬ ਦੇ ਰਸੂਲ ਦਾ ਨੌਕਰ ਤੇ ਬਣ ਕੇ ਵੇਖ ਸਾਰਾ ਕੁਝ ਆ ਜਾਏਗਾ ਸਾਰਾ ਕੁਝ ਆ ਜਾਏਗਾ ਤੂੰ ਇੱਕ ਵਾਰੀ ਆਪਣੀ ਯਾਰੀ ਤੇ ਪੱਕੀ ਕਰ ਹੈ ਉਹ ਮੇਰੇ ਗੁਜਰਾਤ ਦਾ ਬਾਬਾ ਬੂਟਾ ਕਈ ਵਾਰੀ ਮੈਂ ਸੁਣਾਇਆ ਹੈ ਫਿਰ ਦਿਲ ਦਿਮਾਗ ਤੇ ਦਸਤਕ ਦੇਣ ਵਾਸਤੇ ਫਿਰ ਸੁਣਾਉਣਾ ਵਾ ਉਹ ਆਂਦਾ ਹੈ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਅੱਜ ਉਹਨਾਂ ਵੀ ਬਾਜ਼ੀਆਂ ਹਾਰੀਆਂ ਨੇ ਜਿਹੜੇ ਤਰਸਦੇ ਸਨ ਤੀਤ ਲਈ ਦਿਨੇ ਰਾਤੀ ਉਹ ਅੱਜ ਉਹਨਾਂ ਵੀ ਪਹਿਲੋਂ ਫਾਰੂਕ ਦੀ ਮੁਹੱਬਤ ਤੁਹਾਨੂੰ ਵਾਲੇ ਬੈਤ ਨਾਲ ਸੁਣਾਵਾਂ ਫਿਰ ਅਲੀ ਦੀ ਮੁਹੱਬਤ ਉਮਰ ਨਾਲ ਸੁਣਾਵਾਂ ਸਾਡੇ ਕੋਲ ਉਹ ਬੋਲੀ ਕੋਈ ਨਹੀਂ ਜਿਹੜੀ ਕਾਲੇ ਬੋਲਣ ਜਾਂ ਨੀਲੇ ਪੀਲੇ ਨਸ ਵੀ ਖਾਰਜੀ ਰਾਫ ਦੀ ਲਾਣਤੀ ਮੈਂ ਗਟਰ ਚ ਨਾ ਪਾਵਾਂ ਉਹ ਮੁੰਡਿਆ ਮੈਂ ਗਟਰ ਚ ਨਾ ਮੈਂ ਤੇ ਉੱਥੇ ਹੱਜ ਤੇ ਵੀ ਦੁਆ ਮੰਗਦਾ ਰਿਹਾ ਮੈਦਾਨ ਅਰਫਾ ਤੇ ਸਰਕਾਰ ਫਰਮਾਉਂਦੇ ਨੇ ਜਿਹੜੀ ਦੁਆ ਮੰਗੀ ਹੈ ਕਬੂਲ ਹੁੰਦੀ ਮੈਂ ਉੱਥੇ ਦੁਆ ਪਤਾ ਕੀ ਮੰਗੀ ਹੈ ਬੜੀਆਂ ਸਾਰੀਆਂ ਮੰਗੀਆਂ ਨੇ ਮੈਂ ਉੱਥੇ ਦੁਆ ਮੰਗਦਾ ਨਾ ਯਾ ਅੱਲਾ ਜਿਹੜੇ ਸੁਨੀਆਂ ਦੀਆਂ ਸਭਾਂ 'ਚ ਕਾਲੀਆਂ ਭੇਡਾਂ ਇਹਨਾਂ ਦਾ ਬੇੜਾ ਗਰਕ ਫਰਮਾ ਇਹ ਦੋ ਨੰਬਰ ਜਿਹੜੇ ਸੁਨੀ ਬਣ ਕੇ ਸੁਨੀ ਹੈ ਨਹੀਂ ਸੁਨੀ ਬਣ ਕੇ ਸੁਨੀਆਂ ਨੂੰ ਡੰਗੀ ਜਾ ਰਿਹਾ ਇਹਨਾਂ ਦਾ ਬੇੜਾ ਗਰਕ ਫਰਮਾ ਫਿਰ ਮੈਂ ਨਾਲ ਆਖਿਆ ਮੌਲਾ ਮਿਹਰਬਾਨੀ ਕਰ ਜੇ ਤੇ ਹਿਦਾਇਤ ਦੇ ਕਾਬਿਲ ਨੇ ਤੇ ਪੱਕੇ ਸੁਨੀ ਬਣਾ ਤੇ ਜੇ ਨਹੀਂ ਤੇ ਇਹਨਾਂ ਦਾ ਬੇੜਾ ਬੋਰਡ ਦੇ ਇਹ ਸਾਨੂੰ ਸੁਨੀਆਂ ਨੂੰ ਲਈ ਲੱਥੇ ਨੇ ਉਹ ਸਿੱਧੀ ਤਰ੍ਹਾਂ ਆਖੋ ਤੁਸੀਂ ਸ਼ੀਆ ਹੋ ਰਾਫਜ਼ੀ ਹੋ ਜਾਓ ਮਰੋ ਜੋ ਮਰਜ਼ੀ ਕਰੋ ਹੈ ਜੋ ਮਰਜ਼ੀ ਕਰੋ ਮਰੋ
ਹਲਾਲ ਜਾਨਵਰਾਂ ਦੀ ਕੁਰਬਾਨੀ ਜ਼ਿਲਹਜੇ ਚ ਹੋ ਗਈ ਏ, ਮੁਹਰਮ ਚ ਹਰਾਮ ਮਰਨੇ ਨੇ। ਹੁਣ ਸਵੇਰੇ ਆਪੇ ਹੀ ਵੇਖ ਲਿਆ ਜੇ ਕਿਹੜਾ ਆਪਣੇ ਆਪ ਨੂੰ ਹਰਾਮ ਜਾਨਵਰ ਮੰਨ ਗਿਆ। ਮੈਂ ਕਿਸੇ ਦਾ ਨਾਂ ਨੀ ਲਿਆ। ਉਹ ਬੈਠੇ ਹੋ, ਪਹਿਲੋਂ ਸੁਣੋ ਉਮਰ ਦੀ ਜ਼ੁਬਾਨੀ। ਹਜ਼ਰਤ ਫਾਰੂਕ ਆਜ਼ਮ ਰਜ਼ੀ ਅੱਲਾਹੁ ਤਾਲਾ, ਇਸ ਰਿਵਾਇਤ ਦੇ ਰਾਵੀ ਨੇ ਹਜ਼ਰਤ ਜ਼ੈਦ ਆਪਣੇ ਅੱਬਾ ਜੀ ਕੋਲੋਂ ਉਹ ਰਿਵਾਇਤ ਕਰਦੇ ਨੇ, ਫਰਮਾਉਂਦੇ ਨੇ ਲੰਮਾ ਪੂਜਿਆ ਲੀ ਅਬੀ ਬਕਰਨ ਬਾਦਲ ਨਬੀ ਸੱਲੱਲਾਹੁ ਅਲੈਹਿ ਵਸੱਲਮ ਕਾਨ ਅਲੀਯੂ ਵਸੁਬੈਰ ਬਨੁਲ ਅਵਾਮ ਯਦਖੁਲਾਨ ਅਲਾ ਫਾਤਿਮਾ ਰਜ਼ੀਅੱਲਾਹੁ ਤਾਲਾ ਅਨਹਾ ਫਯਸ਼ਾਵਿਰਾਨਿਹਾ ਫਬਲਗ ਉਮਰਾ ਫਦਖਲ ਅਲਾ ਫਾਤਿਮਾ ਫਕਾ ਨਬੀ ਦੇ ਦਿਲ ਦਾ ਚੈਨ ਉਮੇ ਹਸਨ ਨੇ ਬੋਲੋ ਸੁਭਾਨ ਅੱਲਾ। ਨਬੀ ਦੀ ਲਖਦੇ ਜਿਗਰ ਸੈਯਦਾ ਤਯਬਾ ਤਾਹਿਰਾ ਆਬਦਾ ਜ਼ਾਹਿਦਾ ਰਾਸ਼ਿਦਾ ਸਾਬਿਰਾ ਸ਼ਾਕਿਰਾ ਮੁਹੱਦਿਸਾ ਮੁਫੱਸਰਾ ਮੁਹੱਕਿਕਾ ਨੂਰੇ ਨਜ਼ਰ ਮੁਸਤਫਾ ਜ਼ੌਜਾ ਮੁਰਤਜ਼ਾ ਵਾਲਿਦਾ ਹਸਨ ਮੁਜਤਬਾ ਤੇ ਹੁਸੈਨ ਸੈਯਦ ਸੁਹਾਗਾ। ਬੋਲੋ ਬੋਲੋ ਸੁਭਾਨ ਅੱਲਾ। ਸੈਯਦਾ ਪਾਕ ਦੇ ਨਾਂ ਤੇ ਉੱਚੀ ਬੋਲ ਸੁਭਾਨ ਅੱਲਾ। ਸੈਯਦਾ ਪਾਕ ਰਜ਼ੀ ਅੱਲਾਹੁ ਤਾਲਾ ਅਨਹਾ ਦੇ ਕੋਲ ਸੈਯਦਨਾ ਫਾਰੂਕ ਆਜ਼ਮ ਆਏ ਨੇ। ਮੈਂ ਜ਼ਿੰਮੇਦਾਰਾਂ ਦੀ ਬਾਤ ਪਿਆ ਪੜ੍ਹਨਾ, ਫਜ਼ਾਇਲੇ ਸਹਾਬਾ ਵਿੱਚੋਂ ਪਿਆ ਪੜ੍ਹਨਾ, ਸਫ਼ਾ ਨੰਬਰ 128 ਆ, ਰਿਵਾਇਤ ਦਾ ਨੰਬਰ 534 ਆ। ਸੁਣ ਲੈ ਸੁਣ ਲੈ, ਹਜ਼ਰਤ ਫਾਰੂਕ ਆਜ਼ਮ ਰਜ਼ੀ ਅੱਲਾਹੁ ਤਾਲਾ ਨੂੰ ਆ ਕੇ ਕੀ ਪਿਆਦੇ ਨੇ, ਐ ਮੇਰੇ ਰਸੂਲ ਦੀ ਧੀ ਸੈਯਦਾ ਸਰਦਾਰ।
اگلی گل تے غور سبحان اللہ زہرا سیدہ سب تو زیادہ محبت تہاڈے بابا نال مخلوق وچوں سب تو زیادہ پیار تہاڈے بابا محمد کریم صلی اللہ علیہ وسلم دے نال بابا احد من الخلق بعد ابی ساری مخلوق وچوں سانو سب تو زیادہ پیار زہرا عمر دی بھی حفصہ نہیں صدیق دی بیٹی عائشہ نہیں ابو سفیان دی بیٹی ام حبیبہ نہیں زہرا دشمنی صبح شام محرم کتے کٹیا گیا سارا کچھ ویکھیا جے پہلو حضرت صاحب چون لتاں لے وہ تشریف لے آئے نا پہلو آ کے کیک انہاں کھادا تناول فرمایا اس تو بعد پھر لنگر تقسیم ہویا تسی ایندا کھانا دکھاؤ گوں کھانا دکھاؤ موتر پینا پیو او باندے دے پتر بنیا جے بیڑا غرق ہو جائے گا اندر دا سنیوں تے سنیوں دی سبیل تو کھاویا پی ویا جے چولاں دی پلیٹ تے نا وی اپنا بیڑا غرق کر پئے سیدنا فاروق اعظم رضی اللہ تعالی ہاں میں فاروق ہی ہاں آپ دا غلام ہے تے آپ دی نا ایک اونٹنی آئی او دا دودھ سواری آئی او دا دودھ دھو کے تے غلام لے آ کے پیاندا آئی ایک دن اس اونٹنی دے بچے نے دودھ چونگ لیا دودھ پی لیا دودھ نہ بچیا غلام ڈردا پیا سی بھی عمر ڈاڑے بڑے نے کدھر مینوں ڈانٹن نہ بیت المال دی جڑی اونٹنی سی نا میں مال اللہ دا مال آئی او دا دودھ پیتا دودھ چویا تے عمر پو اک کھلنے کے آ گئے توجہ ہے ایویں ڈیک لا کے گٹ گٹ نہ کر جائیں پہلو ویکھ لئی تیرے واسطے پینا حرام یا حلال دودھ دھو کے لے آیا حضور پی لو منہ پرا کر لیا نہیں پیتا عمر پاک نے دودھ نو منہ نہیں آیا
لفظ نے روایت دے اُدھ نو منہ نہیں لایا فرمایا کتھوں لے آیا ہے کی بات دے جانور کا تو نہیں ایک ہی میری اٹھنی کا دھد تو نہیں ایک ہی دھد لیا ہے خالقہ حضور تہاڈی کا دھد بچہ پی گیا سی میں اللہ دے مال وچوں اٹھنی کا دھد لے کے آیا ہے فرمایا تو برباد ہوئے مینو جہنم دا پانی پیا پلانا ہے مینو جہنم دا مشروب پیا پلانا ہے ابو بکر دا گستاخ ہوئے یا عمر دا گستاخ ہوئے یا عثمان علی یا نبی دی اہل بیت دا گستاخ ہوئے تیرا فرق ہو جائے گا تینوں کی پتا کیڑا حرام پایا ہے میرے آلہ حضرت عظیم البرکت مجدد دین و ملت گشتائش کے مصطفیٰ فرما دینے لوگوں ایک جان لو رافضی کدی پاک شہ سنی نو نہیں دے گا رافضی پلید کر کے گند پا کے دے گا اپنے آپ نو اپنا اندر بچا گند نہ پہنچا نبی دی عزت دا نعرہ لا تے مصطفیٰ دے یہ گلا تو سخت لگتی ہونی ایک بار مر لو پھر مل پی جائے گا میں نہیں مرنا مرنا میں مینو نہیں پیسے ہوں چنگے لگتے نے مینو نہیں سارے آخر سارا ہی وہ بھی آخر بڑا اچھا کالے نیلے پیلے آخر سارے سارے خوش رکھا میں سارے پاس ہوئی لیکن میں بے غیرت نہیں میں گناہگار ہاں میں منواں غدار نہیں میں تے کسے کھاتے چی نہیں عمر جیسا فاروق اعظم جیسا عادل متقی پرہیزگار ساری امت وچوں ابو بکر صدیق تو بعد جدا سب تو پہلا نمبر ہے ابو بکر صدیق تو بعد جدی سب تو اچھی شان ہے او فاروق اعظم رضی اللہ تعالیٰ دیا جدو غلاماں نے تعریفاں کیتیاں اصحاب نے تعریفاں کیتیاں بڑا اچھا زمانہ گزاریا ہے بڑا عدل نہ گزاریا ہے فاروق اعظم رو پے تے رو کے آکھیا میرے عدل دیا تعریفوں پہ کر لے میری تعریفوں پہ کر لے میں پیا نوا معاملہ برابر برابر لے جائے تے پھر بھی میں سکون پا جاواں اسی انج دے صحابہ دے نوکراں کوئی وڈیاں گلاں نہیں کوئی وڈے نعرے نہیں گناہگار ضرور ہوواں گے غدار نہیں نہ نبی دے غدار نہ نبی دی اہل بیت دے غدار نہ نبی دے صحابہ دے غدار نہ حضور دی امت دے
ਕਸਮ ਤੇਰਾ ਉਹਨਾਂ ਦਾ ਹੀ ਪਿਆਰ ਹੋਣਾ ਏ। ਸੁਣਿਆ ਤੁਸੀਂ ਹੁਣ ਅਲੀ ਬੋਲੇ ਮੌਲਾ ਅਲੀ ਬੋਲੇ ਇਹਦੀ ਸਨਦ ਵੀ ਹਸਨ ਹੈ। ਐਵੇਂ ਨਾ ਕੋਈ ਫਟ ਪਵੇ ਯੇ ਹੈ ਵੋ ਹੈ ਯੇ ਹਦੀਸ ਵੋ ਹੈ ਯੇ ਰਿਵਾਇਤ ਵੋ ਹੈ ਇਸਕੇ ਰਾਵੀ ਨਹੀਂ ਠੀਕ। ਇਸਨਾਦੁਹੁ ਹਸਨ ਇਹਦੀ ਤਖਰੀਜ ਮੈਂ ਕੀਤੀ ਇਹਦੇ ਚ ਕੁਝ ਲਿਖਿਆ ਹਰ ਹਦੀਸ ਰਿਵਾਇਤ ਨਹੀਂ ਬਿਆਨ ਕੀਤੀ ਜਾਂਦੀ ਸਹੀ ਹਸਨ ਹਸਨ ਲੈ ਜ਼ਾਤ ਹੀ ਹਸਨ ਲੈ ਗੈਰ ਹੀ ਹਾਂ ਜ਼ਈਫ ਹੋਵੇ ਮੌਜ਼ੂ ਨਾ ਹੋਵੇ ਫਜ਼ਾਇਲ ਚ ਬਾਬੇ ਫਜ਼ਾਇਲ ਚ ਜ਼ਈਫ ਹਦੀਸ ਵੀ ਮਕਬੂਲ ਹੈ ਫਜ਼ਾਇਲ ਚ ਹਾਂ ਹਲਾਲ ਹਰਾਮ ਦੇ ਮਸਲੇ ਚ ਜ਼ਈਫ ਨਹੀਂ ਚਲਦੀ ਫਜ਼ਾਇਲ ਚ ਫਜ਼ੀਲਤਾਂ ਚ ਸ਼ਾਨਾਂ ਚ ਜ਼ਈਫ ਰਿਵਾਇਤ ਵੀ ਮੁਤਬਰ ਹੈ ਇਹ ਤੇ ਹਸਨ ਪਿਆ ਬਿਆਨ ਕਰਨਾ ਮੈਂ ਮੌਲਾ ਅਲੀ ਬੋਲੇ ਕੌਣ ਬੋਲੇ ਮੌਲਾ ਅਲੀ ਇੱਕ ਵਾਰੀ ਨਹੀਂ ਸੁਬਹ ਤੋਂ ਲੈ ਕੇ ਸ਼ਾਮ ਤੱਕ ਅਲੀ ਅਲੀ ਕਰ ਕੌਣ ਡੱਕੇ ਤੈਨੂੰ ਜਿਹੜਾ ਡੱਕੇ ਮੇਰੇ ਕੋਲ ਲਿਆਈ ਮੈਂ ਉਹਦੀ ਲਿਟਰੇਸ਼ਨ ਵੇਖੀ ਕਰਾਂ ਸੁਬਹ ਤੋਂ ਲੈ ਕੇ ਸ਼ਾਮ ਤੱਕ ਅਲੀ ਅਲੀ ਕਰ ਬਾਬਾ ਆਸ਼ਿਕਾ ਧੰਮੀ ਕਰ ਸ਼ਾਮੀ ਕਰ ਦੁਪਹਿਰੀ ਕਰ ਬਲਕਿ ਮੈਂ ਦਿਆਂ ਨਵਾਂ ਏਡੀ ਪੱਕੀ ਆਦਤ ਬਣਾ ਲੈ ਜਾਗਦਿਆਂ ਕਰ ਸੁੱਤਿਆਂ ਵੀ ਕਰ ਉਹ ਮੈਂ ਤੇ ਅਗਲੀ ਗੱਲ ਕਰਨਾ ਵਾ ਸਿਰਫ ਜ਼ਿੰਦਾ ਹੀ ਨਹੀਂ ਮਰ ਕੇ ਵੀ ਕਰ ਅਲੀ ਅਲੀ ਕਰ ਜਿੰਨੀ ਮਰਜ਼ੀ ਕਰ ਹਰ ਵੇਲੇ ਕਰ ਪਰ ਸਾਡਾ ਮੁਤਾਲਬਾ ਏ ਵੇ ਸਿੱਦੀਕ ਨੂੰ ਨਾ ਭਾਂ ਉਮਰ ਨੂੰ ਨਾ ਭਾਂ ਉਸਮਾਨ ਨਬੀ ਦੇ ਸਹਾਬ ਨੂੰ ਨਾ ਭਾਂ ਅਲੀ ਅਲੀ ਜਿੰਨੀ ਮਰਜ਼ੀ ਕਰ ਮੈਂ ਅਲੀ ਅਲੀ ਕਰਨਾ ਹਾਂ ਲੋਕਾਂ ਸੁਣਿਆ ਏ ਇਹ ਨਕਸ਼ਬੰਦੀ ਮੁਜਬ ਦੀ ਫਕੀਰ ਕਿਵੇਂ ਅਲੀ ਅਲੀ ਕੀਤੀ ਏ ਮੈਂ ਜਾਣਾ ਵਾ ਅਸਾਂ ਸਾਰੇ ਸੁਣੀ ਬਣ ਕੇ ਬੈਠੇ ਹੋ ਨਾ ਦਮ ਦਮ ਹਰ ਵੇਲੇ ਅਲੀ ਅਲੀ ਕਹਿਣਾ ਏ ਦਮ ਦਮ ਹਰ ਵੇਲੇ ਅਸਾਂ ਅਲੀ ਅਲੀ ਅਸਾਂ ਅਲੀ ਅਲੀ ਬੋਲੋ ਅਸਾਂ ਅਲੀ ਅਲੀ ਕਹਿਣਾ ਏ ਸਾਰੇ ਮੁਨਕਿਰਾਂ ਸੜ ਸੜ ਕੇ ਮਰਦਿਆਂ ਓਏ ਸਾਰੇ ਮੁਲਕੀਰਾਂ ਇਹ ਮੈਂ ਲਿਖਿਆ ਆਪ ਸਾਰੇ ਮੁਲਕੀਰਾਂ ਸੜਦਿਆਂ ਰਹਿਣਾ ਏ
ਸੜ ਸੜ ਕੇ ਮਰਦਿਆਂ ਰਹਿਣਾ ਏ ਤੇ ਸੁਣੀਆ ਦਮ ਦਮ ਹਰ ਵੇਲੇ ਮਦੀਨੇ ਕੀ ਹਰ ਗਲੀ ਜਿਧਰ ਵੀ ਦੇਖੋ ਅਲੀ ਅਲੀ ਹੈ ਫੁਰਾਨ ਤਾਰੇ ਖਫੀ ਜਲੀ ਹੈ ਜਿਧਰ ਵੀ ਦੇਖੋ ਅਲੀ ਅਲੀ ਹੈ ਮੌਲਾ ਅਲੀ ਬੋਲੇ ਸ਼ਾਨ ਉਮਰ ਵਿੱਚ ਬੋਲੇ ਅਲੀ ਤੇ ਉਮਰ ਦੀਆਂ ਤਾਰੀਫਾਂ ਕਰੇ ਅਲੀ ਅਬੂ ਬਕਰ ਦੀਆਂ ਤਾਰੀਫਾਂ ਕਰਨ ਹਜ਼ਰਤ ਮੌਲਾ ਅਲੀ ਸ਼ੇਰ ਖੁਦਾ ਉਸਮਾਨ ਗਨੀ ਦੀਆਂ ਤਾਰੀਫਾਂ ਕਰਨ ਤੇ ਅੱਜ ਦਾ ਕਾਲਾ ਆਖੇ ਮੈਂ ਅਲੀ ਵਾਲਾ ਮੈਂ ਆਖਿਆ ਤੂੰ ਨਹੀਂ ਹੈ ਇਹ ਸਾਡਾ ਦੀਵਾਨਾ ਆਉਂਦਾ ਹੈ ਸ਼ੇਰ ਪੜ੍ਹੋ ਤੇ ਮੈਂ ਬਣਾ ਕੇ ਪੜ੍ਹਨਾ ਹੈ ਨਾ ਇਵੇਂ ਦੇ ਇਹਨਾਂ ਨੇ ਸ਼ੁਰੂ ਹੋ ਜਾਣਾ ਬਣਾ ਕੇ ਪੜ੍ਹਨਾ ਨਾ ਅਲੀ ਵਾਲਾ ਮੈਂ ਆਖਿਆ ਅਬੂ ਬਕਰ ਵਾਲਾ ਹੈ ਉਮਰ ਵਾਲਾ ਹੈ ਉਸਮਾਨ ਵਾਲਾ ਹੈ ਤਲਹਾ ਜ਼ੁਬੈਰ ਵਾਲਾ ਹੈ ਅੰਮੀ ਆਇਸ਼ਾ ਵਾਲਾ ਹੈ ਹਫਸਾ ਪਾਕ ਵਾਲਾ ਹੈ ਉਹ ਸਾਹਬਾ ਵਾਲਾ ਹੈ ਜੇ ਤੇ ਆ ਜਾਏ ਜਵਾਬ ਹਾਂ ਵਿੱਚ ਤੇ ਫਿਰ ਮੰਨ ਲਈ ਅਲੀ ਵਾਲਾ ਤੇ ਜੇ ਕਾਲਾ ਹੋਵੇ ਤੇ ਫਿਰ ਮੈਂ ਆਖਾਂਗਾ ਅਲੀ ਕੇ ਜਾਨ ਵਾਲੋ ਦਿਲ ਕਾਲੇ ਅਲੀ ਕੇ ਜਾਨ ਵਾਲੋ ਕੇ ਦਿਲ ਕਾਲੇ ਨਹੀਂ ਹੋਤੇ ਜਹਾਨੋ ਅਲੀ ਇਬਨ
نبی غالب سکین تنطخ على لسان عمر حضرت جی بڑا لطف ہونا ہے ترجمہ کیا او میری نکمے دی نہیں منتا سورہ علی دی تے مان لاں او کالیا رچھا او بھوریا باندرا میں تانوں روایت سنانا تسی تہاڈے رنگ تے کھڑے ہو جانے میں تے ہلے نرم پیا کرنا بابیاں تے گاٹے لائے منکراں دے گاٹے لائے نے ہن سننا میں تانوں روایت او بیٹھے ہو